जिंदगी एक सफर है सुहाना, यहाँ कल क्या हो किसने जाना। जिंदगी एक सफर है सुहाना, यहाँ कल क्या हो किसने जाना। हाँ जिंदगी एक सफर है सुहाना। जलंधर पंजाब का तीजा सब तो वध जनसंख्या वाला अते दुआबे का सब तो वड्डा शहर है। ये शहर बहुत ही खूबसूरत है। ये 2632 स्क्वेयर किलोमीटर विच बसिया हुआ है, पर इसकी मशहूर ते खासियत इसकी स्पोर्ट्स मार्केट है। जलंधर विच बनिया खेडा का समान देशों विदेशों विच विकदा है, ते नाल ही ये देश दीआं स्मार्ट सिटीज विचों भी एक है। पर इस दे नाल ही जे गल करिए तां इत्थे दा ट्रैफिक अजकल सब तो मशहूर होया पिया है। तुसी अगर ऑफिस, स्कूल अते कॉलेज जां किते होर जाना होवे तां तुहानू घरों जल्दी ही नहीं बहुत जल्दी निकलना पवेगा, तां ही तुसी अपनी मंजिल ते समय सिर पहुँच पाओगे। ट्रैफिक दी समस्या इकल्ले जलंधर विच ही नहीं पूरे देश विच है। वधदी आबादी कारण ट्रैफिक भी दिनों दिन वध रहा है। ਦੋ ਹਜ਼ਾਰ 2022-23 यूनियन बजट विच भारत सरकार ने 26.04 बिलियन यूएस डॉलर सड़क आवाजाई अते राजमार्ग मंत्रालय नूं दित्ते हन। सड़कां दे इंफ्रास्ट्रक्चर नूं बदलण वास्ते पंजाब, हरियाणा अते राजस्थान नूं केंद्र सरकार ने 313 किलोमीटर तक सड़कां बनाउण लई 11,000 करोड़ यानी 1.48 यूएस बिलियन डॉलर की लागत की योजना बनाई है। जलंधर की गल करिए इमारत अते सड़क विभाग तो प्राप्त किए गए डाटे अनुसार पिछले 3 साल 2018 तो नवंबर 2021 तक कुल 210.62 करोड़ पहला ही खर्च किए जा चुके हैं। ये खर्च जिले के 4 हल्कों विच सड़कां नूं मुकम्मल करन ते खर्च किया गया है, जबकि 99.03 करोड़ रुपए के कई सड़की प्रोजेक्ट अजे भी प्रगति अधीन हैं। सड़कां ते इन्ना खर्च होण दे बावजूद शहर निवासी सड़कां दी इन्ना खराब हालत अते ट्रैफिक जाम कारण हुंदी खज्जल खुआरी तो परेशान हैं। ठीक है, सब वधिया आ। जलंधर दी एंड ट्रैफिक दी जिहड़ी व्यवस्था आ ओह एंड ठीक आ। ठीक आ, ते होर सुधार चाहुंदे कि इन्नी क ठीक आ? वैसे अंकल तुसी काम की करदे? ऑटो? तुहानू ऑटो च कोई दिक्कत नहीं आउंदी? आराम नाल तुसी जाने आ? ठीक आ। तुसी अंकल की काम करदे? अपनी ਜਿਹੜੇ ਫੇਸ ਵਾਸ਼ ਖਾ ਕੇ ਗੋਲੀਆਂ ਖਾ ਕੇ ਚਲਾਉਂਦੇ ਉਹਨਾਂ ਤੋਂ ਡਰ ਲੱਗਦਾ। ਹਾਂਜੀ, ਤੇ ਚਲਾਉਂਦੇ ਆ ਨਾ, ਵੀ ਐਕਸੀਡੈਂਟ ਦਾ ਡਰ ਰਹਿ। ਮੇਰਾ ਸੂਰਜ ਕੁਮਾਰ। ਤੇ ਅੰਕਲ, ਜਦੋਂ ਤੁਸੀਂ ਬਾਜ਼ਾਰ ਚ ਆਉਂਦੇ ਆ ਤਾਂ ਟ੍ਰੈਫਿਕ ਨੂੰ ਲੈ ਕੇ ਕਿਹੜੇ ਕਿਹੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ? ਦਿੱਕਤ ਇਹ ਹੀ ਕਿ ਬਾਜ਼ਾਰ ਦੇ ਵਿੱਚ ਵੱਡੀਆਂ ਗੱਡੀਆਂ ਨਹੀਂ ਆਉਣੀ ਚਾਹੀਦੀਆਂ, ਤੇ ਪਲੱਸ ਜਿਹੜੀਆਂ ਦੁਕਾਨ ਦੇ ਬਾਹਰ ਦੇਖੋ, ਜਿਹੜਾ ਹੁਣ ਕਸਟਮਰ ਕੋਈ ਆਇਆ ਉਹਨੇ ਤਾਂ ਓਬਵੀਅਸ ਹੈ ਕਿ ਉਹਨੇ ਬਾਈਕ ਆਪਣੀ ਬਾਹਰ ਹੀ ਲਾਊਗਾ, ਹੈ ਨਾ। ਅਤੇ ਜਿਹੜੇ ਦੁਕਾਨਦਾਰ ਨੂੰ ਵੀ ਚਾਹੀਦਾ ਕਿ ਜਿਹੜੇ ਸਮਾਨ ਆਪਣੇ ਬਾਹਰ ਕੱਢ ਲੈਂਦੇ ਨੇ, ਇੰਨਾ ਸਮਾਨ ਸੜਕਾਂ 'ਤੇ ਆ ਜਾਂਦਾ, ਉਹ ਵੀ ਥੋੜ੍ਹਾ ਜਿਹਾ ਕੰਟਰੋਲ 'ਚ ਰੱਖਣ ਕਿ ਜਿਹੜੇ ਸਾਡੇ ਕਸਟਮਰ ਆ ਰਹੇ ਨੇ ਉਹਨਾਂ ਨੂੰ ਵੀ ਆਪਣੇ ਵਹੀਕਲ ਖੜ੍ਹੇ ਕਰਨ ਦੀ
ਥਾਂ ਮਿਲੇ ਤੇ ਜਿਹਦਾ ਮਤਲਬ ਕਿ ਹੁਣ ਭੀੜੀਆਂ ਗਲੀਆਂ ਚ ਬਾਜ਼ਾਰ ਲੱਗਦੇ ਆ ਫਿਰ ਉਦੋਂ ਤੁਹਾਨੂੰ ਜਿਹਦਾ ਟ੍ਰੈਫਿਕ ਬਹੁਤ ਜ਼ਿਆਦਾ ਤੁਰਨ ਵਾਲੇ ਨੂੰ ਕੀ ਕੀ ਦਿੱਕਤਾਂ ਦਾ ਜਿਹਦਾ ਮਤਲਬ ਤੁਸੀਂ ਜੇ ਤੁਰ ਕੇ ਜਾਂਦੇ ਆ ਤੁਰਨ ਨਾਲ ਤਾਂ ਇਹੀ ਆ ਨਾ ਕਿ ਫਿਰ ਹੁਣ ਜਦੋਂ ਬਾਜ਼ਾਰ ਦੇ ਵਿੱਚ ਜਿਹਨੇ ਕਿਸੇ ਦੁਕਾਨ ਤੇ ਜਾਣਾ ਹੈ ਤੇ ਜਿਹਨੇ ਉਹਨੇ 5 ਮਿੰਟ 'ਚ ਪਹੁੰਚਣਾ ਉੱਥੇ ਉਹਨੂੰ ਟ੍ਰੈਫਿਕ ਦੇ ਵਿੱਚ 10-15 ਮਿੰਟ ਲੱਗ ਜਾਂਦੇ ਨੇ ਫਿਰ ਸ਼ੋਰਟਕੱਟ ਰਸਤਾ ਤਾਂ ਇਹੀ ਜ਼ਰੀਆ ਗਲੀਆਂ ਨੇ ਫਿਰ ਅਤੇ ਗਲੀਆਂ ਕਰਕੇ ਫਿਰ ਨਿਕਲਣਾ ਪੈਂਦਾ ਫਿਰ ਗਲੀਆਂ 'ਚੋਂ ਇਕੱਲਾ ਪਰਸਨ ਘਰੋਂ ਨਿਕਲ ਰਿਹਾ ਉਹਨੇ ਵੀ ਇੱਕ ਪੂਰੀ ਗੱਡੀ ਲੈ ਕੇ ਨਿਕਲਣੀ ਹੈ ਠੀਕ ਹੈ ਚਲੋ ਫੈਮਿਲੀ ਦੇ ਨਾਲ ਇੱਕ ਬੰਦਾ ਕਹਿੰਦਾ ਕਿ ਚਲੋ ਨਹੀਂ ਅਸੀਂ ਫੈਮਿਲੀ ਨਾਲ ਜਾ ਰਹੇ ਹਾਂ ਨਾ ਉਹਦੇ ਗੱਡੀ ਚੰਗੀ ਵੀ ਲੱਗਦੀ ਹੈ ਇੱਕ ਇੱਕ ਬੰਦਾ ਇੱਕ ਇੱਕ ਗੱਡੀ ਲੈ ਕੇ ਤੁਰਿਆ ਤਾਂ ਓਬਵੀਅਸ ਹੈ ਕਿ ਟ੍ਰੈਫਿਕ ਤੇ ਹੋਣਾ ਹੀ ਹੋਣਾ ਫਿਰ ਤੇ ਲੋਕੀ ਮੰਨਦੇ ਟ੍ਰੈਫਿਕ ਰੂਲਸ ਕੁਝ ਨਹੀਂ ਮੰਨਦੇ ਜੀ ਨਹੀਂ ਮੰਨਦੇ ਇਹ ਵੀ ਇੱਕ ਵੱਡਾ ਕਾਰਨ ਹੈ ਟ੍ਰੈਫਿਕ ਨਾਮ ਸਨੀ ਤੇ ਕੀ ਦਿੱਕਤ ਆਉਂਦੀ ਤੁਹਾਨੂੰ ਟ੍ਰੈਫਿਕ ਦੇ ਦਿੱਕਤ ਹੋਰ ਤਾਂ ਕੁਝ ਨਹੀਂ ਆਉਂਦੀ ਜਦੋਂ ਕਾਰਾਂ ਕੁਰਾਂ ਓਵਰਟੇਕ ਕਰਦੀਆਂ ਹਨ ਉਹ ਦਿੱਕਤ ਜ਼ਿਆਦਾ ਆਉਂਦੀ ਆ ਅਸੀਂ ਤਾਂ ਸਲੋਅ ਚੱਲੀਦਾ ਆਪਣੀ ਜਗ੍ਹਾ 'ਤੇ ਜਦੋਂ ਉਹ ਸਾਨੂੰ ਗਲਤ ਰੋਂਗ ਸਾਈਡ 'ਤੇ ਹੁਣ ਅਸੀਂ ਸਲੋਅ ਜਾਂਦੇ ਹੁੰਦੇ ਆਪਣੀ ਸਿੱਧੀ ਸਾਈਡ 'ਤੇ ਉਹਨਾਂ ਨੇ ਪਿੱਛੋਂ ਦੀ ਤੇਜ਼ ਨਾ ਆਉਣਾ ਆ ਓਵਰਟੇਕ ਕਰਕੇ ਨਿਕਲ ਜਾਣਾ ਸਾਡਾ ਵੀ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਹੈ ਉਹਨਾਂ ਦਾ ਵੀ ਰਹਿੰਦਾ ਆ ਉਹ ਇਸ ਗੱਲ ਨੂੰ ਦੇਖਦੇ ਨਹੀਂ ਹੈਗੇ ਆ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਜਲਦੀ ਜਲਦੀ ਜਾਣਾ ਕਿਤੇ ਵੀ ਚਲੋ ਠੀਕ ਆ ਤੁਸੀਂ ਜਾਣਾ 5-10 ਮਿੰਟ ਰੁਕ ਕੇ ਜਾਓ ਇਹ ਨਹੀਂ ਵੀ ਤੁਸੀਂ ਦੂਸਰੇ ਦਾ ਵੀ ਖਰਾਬ ਕਰੋ ਕੰਮ ਆਪਣਾ ਵੀ ਖਰਾਬ ਕਰੋ ਇਸ ਕਰਕੇ ਉਹਨਾਂ ਨੂੰ ਹੌਲੀ ਚੱਲਣਾ ਚਾਹੀਦਾ ਹੈ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਨ 'ਤੇ ਸਾਹਮਣੇ ਆਇਆ ਕਿ ਟ੍ਰੈਫਿਕ ਦਾ ਮੁੱਖ ਕਾਰਨ ਸੜਕਾਂ ਉੱਤੇ ਵਾਹਨਾਂ ਦੀ ਸੰਖਿਆ ਦਾ ਵਧਣਾ ਹੈ ਅੱਜ ਹਰ ਵਿਅਕਤੀ ਆਪਣੇ ਆਪਣੇ ਵਾਹਨ 'ਤੇ ਜਾਣਾ ਪਸੰਦ ਕਰਦਾ ਹੈ ਏਸੀ ਦੀ ਸਹੂਲਤ ਅਤੇ ਵੱਧਦੀ ਗਰਮੀ ਕਾਰਨ ਇਕੱਲਾ ਬੰਦਾ ਵੀ ਗੱਡੀ ਲੈ ਕੇ ਤੁਰਿਆ ਹੁੰਦਾ ਹੈ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਦੂਸਰੇ ਨੰਬਰ 'ਤੇ ਆਮ ਜਨਤਾ ਵੱਲੋਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ ਉੱਥੇ ਹੀ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਆਟੋ ਵਾਲੇ ਵੀ ਟ੍ਰੈਫਿਕ ਦਾ ਵੱਡਾ ਕਾਰਨ ਬਣਦੇ ਹਨ ਸਵਾਰੀ ਲੈਣ ਦੇ ਲਈ ਉਹ ਆਟੋ ਨੂੰ ਜਿੱਥੇ ਮਰਜ਼ੀ ਰੋਕ ਲੈਂਦੇ ਹਨ ਜਿਸ ਕਾਰਨ ਟ੍ਰੈਫਿਕ ਪੂਰੀ ਤਰ੍ਹਾਂ ਸਟੱਕ ਹੋ ਜਾਂਦਾ ਹੈ ਦੂਜੇ ਪਾਸੇ ਆਟੋ ਵਾਲਿਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਦਾ ਕਾਰਨ ਅਸੀਂ ਨਹੀਂ ਉਹ ਲੋਕ ਨੇ ਜੋ ਇਕੱਲਿਆਂ ਹੀ ਇੰਨੀਆਂ ਵੱਡੀਆਂ ਗੱਡੀਆਂ ਲੈ ਕੇ ਤੁਰ ਪੈਂਦੇ ਹਨ ਇੱਕ ਇਹ ਵੀ ਕਾਰਨ ਸਾਹਮਣੇ ਆਇਆ ਹੈ ਕਿ ਬੱਸ ਵਾਲੇ ਵੀ ਬੱਸ ਚੰਗੀ ਤਰ੍ਹਾਂ ਨਹੀਂ ਚਲਾਉਂਦੇ ਜਿੱਥੇ ਮਰਜ਼ੀ ਬ੍ਰੇਕ ਲਾ ਦਿੰਦੇ ਹਨ ਅਤੇ ਇਹ ਬੱਸਾਂ ਵੱਡੇ ਮੰਤਰੀਆਂ ਨਾਲ ਸੰਬੰਧ ਰੱਖਦੀਆਂ ਹਨ ਅਤੇ ਇਹ ਇਸ ਕਰਕੇ ਆਪਣੀਆਂ ਮਨ ਮਰਜ਼ੀਆਂ ਕਰਦੇ ਹਨ ਅਤੇ ਟ੍ਰੈਫਿਕ ਦੀ ਸਮੱਸਿਆ ਦਾ ਵੱਡਾ ਕਾਰਨ ਬਣਦੇ ਜਾ ਰਹੇ ਹਨ ਕੁਝ ਲੋਕਾਂ ਨਾਲ ਅਸੀਂ ਟ੍ਰੈਫਿਕ ਬਾਰੇ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਟ੍ਰੈਫਿਕ ਦਾ ਹੱਲ ਹੋ ਹੀ ਨਹੀਂ ਸਕਦਾ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਟ੍ਰੈਫਿਕ ਨੂੰ ਘੱਟ ਕਰਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਓ ਇਸ ਦੇ ਲਈ ਲੋੜ ਹੈ ਕਿ ਅਸੀਂ ਆਪਣੇ ਵਾਹਨ ਨੂੰ ਘੱਟ ਵਰਤੀਏ ਜ਼ਿਆਦਾਤਰ ਸਰਕਾਰੀ ਆਵਾਜਾਈ ਵਿੱਚ ਸਫ਼ਰ ਕਰੀਏ ਨਹੀਂ ਤਾਂ ਇਹ ਵੱਧਦਾ ਟ੍ਰੈਫਿਕ ਇੱਕ ਦਿਨ ਘਾਤਕ ਰੂਪ ਲੈ ਲਵੇਗਾ ਫਿਰ ਇਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਅਤੇ ਸਾਨੂੰ ਪਿਆਰ ਦਿੰਦੇ ਰਹੋ ਹੋਰ ਐਪੀਸੋਡਸ ਲਈ ਸਾਡਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ